ਤੇ ਵਿਰਾਜਮਾਨ ਸਾਰੇ ਕਾਂਗਰਸ ਸਾਡੀ ਕਾਂਗਰਸ ਅੰਮ੍ਰਿਤਸਰ ਤਾਂ ਹੀ ਸਾਡੇ ਇਸ ਇਲਾਕੇ ਦੇ ਆਏ ਸਾਰੇ ਮੇਰੇ ਸਾਰੇ ਸਾਥੀਆਂ ਨੂੰ ਮੈਂ ਫਤਿਹ ਅਰਜ ਕਰਦਾ ਕਬੂਲ ਕਰਿਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਬੀਜੇਪੀ ਦੇ ਇੰਚਾਰਜ ਫਾਰਮਰ ਚੀਫ ਮਿਨਿਸਟਰ ਗੁਜਰਾਤ ਰੂਪਾਨੀ ਸਾਹਿਬ, ਬਹੁਤ ਹੀ ਸਤਿਕਾਰਯੋਗ ਜਲ ਸੰਸਾਧਨ ਮੰਤਰੀ ਸ਼ੇਖਾਵਤ ਸਾਹਿਬ, ਬਹੁਤ ਹੀ ਸਤਿਕਾਰਯੋਗ ਲਾਅ ਮਿਨਿਸਟਰ ਮੇਘਵਾਲ ਸਾਹਿਬ, ਸਾਡੇ ਗੁਆਂਢੀ ਅਤੇ ਸਾਡੇ ਆਪਣੇ ਪੰਜਾਬ ਦੇ ਮੰਤਰੀ ਸੋਮ ਪ੍ਰਕਾਸ਼ ਜੀ, ਰੈਣਾ ਜੀ, ਮੰਚ 'ਤੇ ਵਿਰਾਜਮਾਨ ਸਾਰੇ ਕਾਂਗਰਸ ਸਾਡੇ ਬੀਜੇਪੀ ਦੇ ਸੀਨੀਅਰ ਆਗੂ ਸਾਹਿਬਾਨ, ਮੇਰੇ ਕੁਲੀਗ ਸਾਹਿਬਾਨ ਅਤੇ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ, ਰੂਪਾਨੀ ਜੀ ਸਾਹਮਣੇ ਆਪਕੇ ਸਾਹਮਣੇ ਇਹ ਪੰਜਾਬ ਕਾ ਇੱਕ ਛੋਟਾ ਰੂਪ ਬੈਠਾ ਹੈ, ਮਾਈਕਰੋਕੋਸਮ ਆਫ ਪੰਜਾਬ। ਇਕੱਲਾ ਪੰਜਾਬ ਡੈਮੋਗ੍ਰਾਫਿਕ ਵੇਸ ਨਹੀਂ, ਪੰਜਾਬੀਅਤ ਕਾ ਵੀ ਇੱਕ ਜੀਤਾ ਜਾਗਤਾ ਇੱਕ ਐਗਜ਼ਾਮਪਲ ਆਪਕੇ ਸਾਹਮਣੇ ਹੈ, ਕਿਉਂਕਿ ਗੁਰਦਾਸਪੁਰ ਅਬ ਤੋਂ ਇਤਨੇ ਦਿਨੋਂ ਮੈਂ ਆਪ ਪੰਜਾਬੀ ਸਮਝ ਜਾਏਗੇ, ਮੈਂ ਪੰਜਾਬੀ ਮੈਂ ਕਹਿ ਦੂੰ, ਆਪਕੇ ਬਿਹਤਰੀ ਕੇ ਲਈ ਮੈਂ ਕਹਿ ਰਿਹਾ ਤਾ। ਆਹ ਜਿਹੜੇ ਸਾਹਮਣੇ ਬੈਠੇ ਹੈ ਪੰਜਾਬ ਦਾ ਰੂਪ ਹੈ ਸਾਹਿਬ, ਇੱਕ ਛੋਟੇ ਮਿਨੀਏਚਰ ਫੋਰਮ ਦੇ ਅੰਦਰ ਮਿੰਨੀ ਪੰਜਾਬ ਕਹਿ ਲਓ। ਇੱਥੇ ਅਸ਼ਵਨੀ ਸ਼ਰਮਾ ਜੀ ਪਠਾਨਕੋਟ ਤੋਂ ਲੈ ਕੇ ਉਸ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤਾਈਂ, ਇੱਥੇ ਹਰੇਕ ਧਰਮ ਦਾ ਬਸ਼ਿੰਦਾ, ਚਾਹੇ ਉਹ ਸਿੱਖ ਧਰਮ ਦੇ ਅਨੁਯਾਈ ਹੈ, ਚਾਹੇ ਹਿੰਦੂ ਧਰਮ ਦੇ ਹੈ, ਚਾਹੇ ਉਹ ਅਹਿਮਦੀਆ ਸਮਾਜ ਨਾਲ ਸੰਬੰਧਿਤ ਹੈ, ਚਾਹੇ ਸਾਡੇ ਈਸਾਈ ਭਾਈਚਾਰੇ ਨਾਲ ਜੁੜੇ ਲੋਕ ਹੈ, ਹਰੇਕ ਵਰਗ ਇੱਥੇ, ਸਾਡਾ ਦਲਿਤ ਭਾਈਚਾਰਾ, ਹਰੇਕ ਵਰਗ ਇੱਥੇ ਪੂਰੀ ਤਰ੍ਹਾਂ ਉਹਦਾ ਨੁਮਾਇੰਦਗੀ ਇੱਥੇ ਹੈਗੀ। ਇੱਥੇ ਜਿੱਥੇ ਪਰਸ਼ੂਰਾਮ ਜੀ ਦਾ ਖਾਂਡਾ ਵੱਜਦਾ ਹੈ, ਉੱਥੇ ਹੀ ਇੱਥੇ ਹਲਾਲੂਈਆ ਵੀ ਸੁਣਨ ਨੂੰ ਮਿਲਦਾ ਹੈ। ਇੱਥੇ ਹੀ ਅਹਿਮਦੀਆ ਸਮਾਜ ਕਾਦੀਆਂ ਤੋਂ ਫਤਿਹ ਜੀ ਤੁਸੀਂ ਬੈਠੇ ਹੋ, ਜਿਸ ਸਮਾਜ ਦਾ ਇੱਕੋ ਇੱਕ ਨਾਰਾ ਹੈ, ਲਵ ਆਲ ਹੇਟ ਨੋ ਵਨ। ਅਤੇ ਇੱਥੇ ਹੀ ਸਾਰੇ ਬੋਲੇ ਸੋ ਨਿਹਾਲ ਦੇ ਨਾਰੇ ਵੀ ਇੱਥੇ ਗੂੰਜਦੇ ਹੈ। ਡੈਮੋਗ੍ਰਾਫਿਕਲੀ ਜਨਸੰਖਿਆ ਦੇ ਆਧਾਰ 'ਤੇ ਛੱਡੋ, ਇਹ ਉਹ ਇਲਾਕਾ ਹੈ ਜਿਹਦੇ ਵਿੱਚ ਪੰਜਾਬੀਅਤ ਦੀ ਖੂਬਸੂਰਤੀ ਛੁਪੀ ਹੋਈ ਹੈ, ਭਾਈਚਾਰਕ ਸਾਂਝ ਆਪਣੇ ਆਪ 'ਚ ਜਿੰਦਾ ਜਾਗਦਾ ਸਬੂਤ ਹੈ ਆਹ ਗੁਰਦਾਸਪੁਰ ਦਾ ਇਲਾਕਾ।